ਦੀ ਕਿਰਪਾ ਹੋਵੇ ਤਾਂ ਹੀ ਸੇਵਾ ਕਰਦੇ ਹਾਂ, ਤੇ ਜਦੋਂ ਸੇਵਾ ਕਰਦੇ ਉਸ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਿਮਰਨ ਕਰਦੇ ਹਾਂ। ਤੇ ਮਹਾਰਾਜ ਦੇ ਸਾਡੇ ਤੇ ਵੀ ਤੁਹਾਡੇ ਤੇ ਸਾਰਿਆਂ ਤੇ ਸਾਡੇ, ਕਿਉਂਕਿ ਅਸੀਂ ਸਾਰੇ ਜਣੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਰੇ ਸਿੱਖ ਹਾਂ, ਤੇ ਸਾਡਾ ਇੱਕ ਪਰਿਵਾਰ ਤੇ ਇੱਕੋ ਹੀ ਆ। ਤੇ ਅਸੀਂ ਇਸ ਇਨਸਾਨੀ ਜਾਮੇ ਚ ਰੱਬ ਦਾ ਸਿਮਰਨ ਕਰਨ ਵਾਸਤੇ ਹੀ ਆਏ ਹੋਏ ਆ। ਤੇ ਸਾਨੂੰ ਹਰ ਸਿੱਖ ਦਾ ਫਰਜ਼ ਬਣਦਾ, ਹਰ ਪਾਈ ਦਾ, ਹਰ ਭਾਈ ਦਾ ਫਰਜ਼ ਬਣਦਾ, ਅਸੀਂ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰੀਏ, ਉਸ ਪਰਮਾਤਮਾ ਜਸ ਕਰੀਏ। ਸਾਡਾ ਇਹ ਜਨਮ ਦੇ ਜਨਮ ਲੈਣ ਦਾ ਲਾਹਾ ਇਹ ਹੀ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਨੇ ਵੀ ਮੇਰੇ ਵੀਰਾਂ ਨੇ ਇੱਥੇ ਆ ਕੇ ਸੇਵਾ ਕੀਤੀ ਆ, ਮੇਰੇ ਆਪਣੇ ਦਿਲੋਂ ਅਰਦਾਸ ਆ ਉਹਨਾਂ ਸਾਰਿਆਂ ਦਾ, ਸਿੱਖੀ ਸਰੂਪ ਵਿੱਚ ਆਉਣ, ਜਿਹੜੇ ਵੀ ਸੇਵਾ ਕਰਦੇ ਨੇ ਉਹ ਸਾਰੇ ਸਿੱਖੀ ਸਰੂਪ ਦੇ ਵਿੱਚ ਆਉਣ, ਔਰ ਜਿਹੜੇ ਸਰੂਪ ਸਿੱਖੀ ਸਰੂਪ ਦੇ ਵਿੱਚ ਨੇ ਉਹਨਾਂ ਦਾ ਸਿਮਰਨ ਸ਼ਬਦ ਸ਼ੁਰੂ ਦਾ ਧਿਆਨ ਲੱਗੇ, ਜੋ ਸਾਡਾ ਸਹੀ ਮਨੋਰਥ ਆ ਸਾਨੂੰ ਉਸ ਬੰਨੇ ਜਾਣ। ਮੇਰੀ ਆਪਣੇ ਦਿਲੀ ਅਰਦਾਸ ਆ ਕਰਦਾ, ਜੇ ਅਸੀਂ ਉਹਨਾਂ ਦੀ ਅਰਦਾਸ ਕਰਾਂਗੇ ਇਹ ਸਾਡੀ ਕਰਨਗੇ, ਇਹ ਜਦੋਂ ਅਸੀਂ ਚੰਗਾ ਬੀਜਾਂਗੇ ਤੇ ਚੰਗਾ ਹੀ ਵੱਟਾਂਗੇ। ਜੋੜਿਆਂ ਦੇ ਵਿੱਚ ਜਿਹਨਾਂ ਸਿੰਘਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਸ ਤੋਂ ਬਾਅਦ ਪਿੰਡ ਬੁੱਢਰ ਕਲਾਂ ਤੋਂ ਸਵੇਰੇ ਸਿੰਘ ਪਹਿਲਾਂ 10-15 ਦਾ ਸਟਾਰਟ ਕੀਤੇ, ਅੱਜ ਹੁਣ ਜਦੋਂ ਸੇਵਾ ਕਰਦੇ 50 ਸਿੰਘ ਸਵੇਰੇ 7 ਤੋਂ 8 ਵਜੇ ਤੱਕ ਸਾਰੀ ਸਫਾਈ ਕੁਸ਼ਾਈ ਕਰਕੇ, ਉਸ ਤੋਂ ਬਾਅਦ ਝਾੜੂ ਮਾਰ ਕੇ ਉਹ ਰੋਜ਼ ਰੈਗੂਲਰ ਜਦੋਂ ਦੇ 10 ਸਾਲ ਤੋਂ ਆ ਰਹੇ ਸੇਵਾ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਤਿੰਨੇ ਹੀ ਠੀਕਰੇ ਵਾਲਿਆਂ ਦੇ ਜਿੰਨੀ ਵੀ ਸੰਗਤ, ਜਿੰਨੇ ਵੀ ਨੌਜਵਾਨ ਸੇਵਾ ਕਰਦੇ ਨੇ, ਵੱਧ ਚੜ੍ਹ ਕੇ ਸੇਵਾ ਕਰਦੇ ਨੇ, ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਜੇ ਇਹ ਸੇਵਾ ਇਸ ਤਰ੍ਹਾਂ ਹੀ ਕਰਦੇ ਰਹਿਣਗੇ ਤੇ ਪ੍ਰਮਾਤਮਾ ਇਹਨਾਂ ਦੇ ਹਿਰਦੇ ਵਿੱਚ ਵੱਸ ਕੇ ਇਹਨਾਂ ਨੂੰ ਸਿੱਖ ਜ਼ਰੂਰ ਬਣਾਉਣਗੇ, ਕਿਉਂਕਿ ਜਦੋਂ ਇਹ ਸੇਵਾ ਕਰਨਗੇ ਤੇ ਸਿੱਖ ਜ਼ਰੂਰ ਬਣਨਗੇ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ, ਜਿਹੜੇ ਮੇਰੇ ਵੀਰ ਟਰੈਕਟਰ ਟਰਾਲੀਆਂ ਲੈ ਕੇ ਆਉਂਦੇ ਰਹੇ ਨੇ ਉਹਨਾਂ ਦਾ ਵੀ ਧੰਨਵਾਦ, ਬਾਬਾ ਜੀ ਦਾ ਜਿਨ੍ਹਾਂ ਨੇ ਅਗਲੇ 21 ਤੋਂ 27 ਦਸੰਬਰ ਦੇ ਵਿੱਚ ਦੀਵਾਨ ਪੱਕੇ ਕੀਤੇ ਨੇ ਉਹਨਾਂ ਦਾ ਵੀ ਧੰਨਵਾਦ, ਸਿੰਘ ਸਾਹਿਬ ਦਾ, ਜੋ ਵੀ ਮੇਰੇ ਵੀਰ ਦੂਰੋਂ ਆਏ ਨੇ, ਬਲਵਿੰਦਰ ਸਿੰਘ ਲਾਡੀ, ਹੋਰ ਵੀ ਜੋ ਵੀ ਸੱਜਣ ਸਾਡੇ ਇੱਥੇ ਆਏ ਨੇ, ਗੁਰੂ ਮਹਾਰਾਜ ਦਾ ਜਸ ਸੁਣਿਆ, ਸਾਨੂੰ ਆਪਣੇ ਧੰਨਵਾਦੀ ਬਣਾਇਆ। ਮੇਰੀ ਪ੍ਰਮਾਤਮਾ ਗੱਲ ਹੀ ਅਰਦਾਸ ਹੈ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ, ਅਸੀਂ ਪ੍ਰਮਾਤਮਾ ਦੇ ਨਾਲ ਜੁੜੇ ਰਹੀਏ। ਗੁਰਸਿੱਖ ਜਿਹੜਾ ਉਹ ਹੀ ਹੁੰਦਾ ਵਾ ਜਿਹੜਾ ਹਰ ਇੱਕ ਦਾ ਭਲਾ ਮੰਗੇ ਤੇ ਸਵਾਸ ਸਵਾਸ ਜਾਣ ਜੱਪੇ, ਤੇ ਆਪਣੇ ਮਨ ਚੋਂ ਜਿਹੜੀ ਸਾਡੇ ਲੋਕਾਂ ਪ੍ਰਤੀ ਕੋਈ ਵੀ ਈਰਖਾ ਉਹਨੂੰ ਕੱਢਿਆ ਜਾਵੇ, ਉਹ ਵਾਹਿਗੁਰੂ ਦੇ ਸ਼ਬਦ ਰਾਹੀਂ ਕੱਢੀ ਜਾਣੀ ਆ। ਸਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।